ਅਜ਼ੀਜ਼ ਬਾਰ ਹੈਗੇ ਹੋਇਆ ਮਸ਼ੀਨ ਵਾਲੀ ਦੁਕਾਨ ਹੈਗੀ ਆਹ ਵੇਖੋ ਉਹ ਪੁਰਾਣਾ ਫਰਨੀਚਰ 30 KG ਜਿਹੜਾ ਨਾ ਉਹ ਸਮਾਨ ਤੁਹਾਡਾ ਜਾ ਸਕਦਾ 30 ਤੋਂ ਘੱਟ ਨਹੀਂ ਤੁਸੀਂ ਭੇਜ ਸਕਦੇ ਯਾਨੀ ਗਲੀਆਂ 'ਚ ਵੜ ਕੇ ਵਹਾਵਾਂ ਤੁਹਾਨੂੰ ਕੋਈ ਰਾਹ ਨਹੀਂ ਲੱਭਣ ਡਿਆ ਬੜੀ ਅੰਦਰੂਨ ਸੁਣਿਆ ਮਾਰਕੀਟ ਹੈਗੀ ਹੈ ਬੜੀ ਗੁੰਜਾਨ ਬਾਅਦ ਹੋਏ 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 ਐਂਬੂਲੈਂਸ ਚੈੱਕ ਕਰੋ ਇਹ ਐਂਬੂਲੈਂਸ ਚੈੱਕ ਕਰੋ ਜੀ ਉੱਥੇ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਵੀ ਹੈਗੀਆਂ ਨੇ ਉਹਨਾਂ ਨੂੰ ਮੈਂ ਕੁਛ ਕਹਿਤਾ ਨਾ ਕਿਆ ਲੈਣਾ ਇਹਨੇ ਮੇਰਾ ਪਿੱਛਾ ਫੜ ਲੈਣਾ ਔਰ ਇੱਕ ਕਾਰਗੋ ਤੋਂ ਵੀ ਮੈਂ ਪਤਾ ਕਰ ਰਿਹਾ ਵਾਂ ਕਿ ਪਾਕਿਸਤਾਨ ਜੇ ਤੁਸੀਂ ਸਮਾਨ ਪੇ ਮੈਂ ਤਾਂ ਪਾਕਿਸਤਾਨ ਦਾ ਪਤਾ ਕੀਤਾ ਜੀ 6.5 DM/kg ਦੇ ਹਿਸਾਬ ਨਾਲ ਸਮਾਨ ਜਿਹੜਾ ਨਾ ਇਹ ਡਿਸਪੈਚ ਕਰਦੇ ਆ ਕੁਛ ਵੀ ਨਹੀਂ ਲੈਣਾ ਵੈਸੇ ਚਾਹੇ ਘੁੰਮ ਰਿਹਾ ਕੀ ਹਾਲ ਹੈ ਜੀ ਕਿੱਦਾਂ ਠੀਕ ਠਾਕ ਹੋ ਸਭ ਖੈਰੀਅਤ ਹੈ ਉਮੀਦ ਕਰਨਾ ਸਭ ਠੀਕ ਠਾਕ ਹੋਵੋਗੇ ਅਤੇ ਅੱਜ ਤੁਹਾਨੂੰ ਦੁਬਈ ਦੀ ਇੱਕ ਐਸੀ ਜਗ੍ਹਾ ਲੈ ਕੇ ਜਾ ਰਿਹਾ ਵਾਂ ਜਿੱਥੇ ਘਰੇਲੂ ਇਸਤੇਮਾਲ ਦਾ ਸਮਾਨ ਜਿਹੜਾ ਨਾ ਬਹੁਤ ਹੀ ਸਸਤਾ ਮਿਲਦਾ ਯੂਜ਼ਡ ਹੁੰਦਾ ਥੋੜ੍ਹਾ ਬਹੁਤ ਯੂਜ਼ਡ ਹੁੰਦਾ ਵੇ ਅਤੇ ਲੇਕਿਨ ਬਹੁਤ ਹੀ ਸਸਤਾ ਮਿਲਦਾ ਅਤੇ ਚਲਾਓ ਅੱਜ ਤੁਹਾਨੂੰ ਉਸ ਮਾਰਕੀਟ ਦਾ ਵਿਜ਼ਿਟ ਕਰਵਾ ਕੇ ਲੈ ਕੇ ਆਵਾਂ ਅਤੇ ਨਾਲੇ ਆਪ ਹੀ ਦੇਖ ਕੇ ਆਉਂਦੇ ਹਾਂ ਬਿਸਮਿਲ੍ਲਾ ਰਹਿਮਾਨ ਰਹੀਮ ਸੁਭਾਨ ਅੱਲਾ ਦੀ ਸਖਰ ਅੱਲਾ ਨਾ ਹਾਜ਼ਮਾ ਮਕੁੰਨਾ ਲਹੂ ਮੁਕਰੀਨੀਨ ਵਾਇਨਾ ਇਲਾ ਰੱਬੀਨਾ ਲਮੁਨ ਕਾਲਿਬੂਨ ਅਤੇ ਚਲੋ ਜੀ ਸਫ਼ਰ ਸਟਾਰਟ ਕਰੀਏ ਆਪਣਾ ਇਲੈਕਟ੍ਰੋਨਿਕਸ ਦੀ ਮਾਰਕੀਟ ਵਾਲੇ ਅਤੇ ਮੈਂ ਆਪਣਾ ਸਫ਼ਰ ਸਟਾਰਟ ਕੀਤਾ ਜੀ ਅਨਸਾਰ ਮਾਰਕੀਟ ਦੇ ਸਾਹਮਣੇ ਹੋ ਕਿਉਂਕਿ ਘਰ ਵੀ ਆਪਣਾ ਇੱਥੇ ਹੈਗਾ ਅਨਸਾਰ ਮਾਰਕੀਟ ਜਿਹੜੀ ਹੈਗੀ ਨਾ ਬਲਕਿ ਅਨਸਾਰ ਡਿਪਾਰਟਮੈਂਟਲ ਸਟੋਰ ਹੈਗਾ ਵੇ ਔਰ ਇਹ ਹੈਗਾ ਜੀ ਸਲਾਹਉਦੀਨ ਮੈਟਰੋ ਸਟੇਸ਼ਨ 'ਤੇ ਔਰ ਆਪਣਾ ਘਰ ਵੀ ਇੱਥੇ ਅਤੇ ਲਿਹਾਜ਼ਾ ਸਫ਼ਰ ਅਸੀਂ ਸਟਾਰਟ ਕੀਤਾ ਵੇ ਇੱਥੋਂ ਅਤੇ ਇੱਥੋਂ ਪਹਿਲੇ ਜਾਣਾ ਪਵੇਗਾ ਸਾਨੂੰ ਯੂਨੀਅਨ ਤੋਂ ਦੁਬਾਰਾ ਬੱਸ ਮਿਲੇਗੀ ਸਾਨੂੰ ਮਜ਼ਾਕ ਕਰ ਰਹੇ ਹਾਂ ਬੱਸ ਸਾਡੀ ਆਪਣੀ ਹੈ ਯਾਨੀ ਕਿ ਯੂਨੀਅਨ ਤੋਂ ਦੁਬਾਰਾ ਸਾਨੂੰ ਜਿਹੜਾ ਨਾ ਰਾਈਡ ਲੈਣਾ ਪਵੇਗਾ ਬਲਕਿ ਪਹਿਲੇ ਇੱਥੋਂ ਬਾਹਰ ਨਿਕਲ ਲਈਏ ਫਿਰ ਹੀ ਤੁਹਾਨੂੰ ਰਸਤਾ ਜਿਹੜਾ ਨਾ ਸਮਝਾਉਣਾ ਅਤੇ ਗੱਲਾਂ ਫਿਰ ਹੀ ਕਰਨੀਆਂ ਸ਼ੁਰੂ ਕਰਨੇ ਆ ਇਹ ਰਸਤਾ ਉਹ ਹੈਗਾ ਵੇ ਜਿੱਥੋਂ ਨਮਾਜ਼ ਪੜ੍ਹਨ ਜਾਈਦਾ ਮਸਜਿਦ ਦਾ ਰਸਤਾ ਵੇ ਅਤੇ ਬਿਲਡਿੰਗਾਂ ਦੀ ਗਲੀ 'ਚ ਨਿਕਲ ਜਾਵਾਂਗੇ ਨਾ ਤਾਂ ਸਾਨੂੰ ਥੋੜ੍ਹਾ ਸ਼ੋਰਟਕੱਟ ਪੈ ਜਾਏਗਾ ਨਹੀਂ ਤਾਂ ਫਿਰ ਉੱਤੋਂ ਆਵਾਂਗੇ ਨਾ ਤਾਂ ਉਹ ਬੜਾ ਲੰਮਾ ਰਸਤਾ ਪਏਗਾ ਮੈਂ ਵੀ ਉਹ ਮਾਰਕੀਟ ਦੇਖਣਾ ਚਾਹ ਰਿਹਾ ਹਾਂ ਜਿਹੜੀ ਹੈ ਵੇ ਇਲੈਕਟ੍ਰੋਨਿਕਸ ਦੀ ਸਸਤੀ ਮਾਰਕੀਟ ਉਹ ਮੈਂ ਦੇਖਿਆ ਟਿਕਟੋਕ 'ਤੇ ਨਾ ਉਹਦਾ ਐਡ ਚੱਲ ਰਿਹਾ ਸੀ ਅਤੇ ਨਾਲ ਐਡਰੈਸ ਵੀ ਹੈਗਾ ਸੀ ਉਹਦਾ ਅਤੇ ਮੈਂ ਕਿਹਾ ਚਲੋ ਵਿਹਲੇ ਬੈਠੇ ਹਾਂ ਫਿਰ ਚੱਲ ਕੇ ਉਹੀ ਵੇਖੀਏ ਹੋਰ ਅਸੀਂ ਕੀ ਕਰਨਾ ਉਹ ਜੀ ਇਹ ਸਾਹਮਣੇ ਉਹ ਮਸਜਿਦ ਹੈ ਮਾਸ਼ਾਅੱਲਾ ਜਿੱਥੇ ਨਮਾਜ਼ ਪੜ੍ਹੀ ਦੀ ਹੈ ਔਰ ਇੱਥੋਂ ਅਸੀਂ ਲਵਾਂਗੇ ਲੈਫਟ ਫੁੱਟਪਾਥ ਉੱਤੇ ਚੜ੍ਹਾ ਲਈਏ ਕਿਉਂਕਿ ਮੇਨ ਰੋਡ ਇਜ਼ ਨੋਟ ਅਲਾਊਡ ਕੱਲ੍ਹ ਸਕੂਟੀ ਥੋੜ੍ਹੀ ਟਾਈਟ ਕਰਵਾਈ ਹੈ ਅਤੇ ਅੱਜ ਮਾਸ਼ਾਅੱਲਾ ਬੜੀ ਬਿਹਤਰੀਨ ਚੱਲ ਰਹੀ ਹੈ ਜਦੋਂ ਦੀ ਖਰੀਦੀ ਸੀ ਨਾ ਅਤੇ ਇਹਨੂੰ ਟਾਈਟ ਨਹੀਂ ਸੀ ਕਰਵਾਇਆ ਅਤੇ ਉਹ ਚੱਲ ਚੱਲ ਕੇ ਫਿਰ ਉਹਦੇ ਪੇਜ ਥੋੜ੍ਹੇ ਜਿਹੇ ਨਾ ਲੂਜ਼ ਹੋਏ ਸਨ ਔਰ ਉਹ ਦੁਕਾਨਦਾਰ ਨੇ ਵੀ ਮੈਨੂੰ ਕਿਹਾ ਸੀ ਕਿ ਨਾ ਥੋੜ੍ਹਾ ਕੁ ਚਲਾ ਕੇ ਇਹਨਾਂ ਨੂੰ 100 ਕਿਲੋਮੀਟਰ ਚਲਾ ਕੇ ਅਤੇ ਮੇਰੇ ਕੋਲ ਲੈ ਆਉਣਾ ਅਤੇ ਮੈਂ ਟਾਈਟ ਕਰ ਦੇਗਾ ਅਤੇ ਲੇਕਿਨ ਮੈਂ ਗਿਆ ਵਾਂ 250 ਕਿਲੋਮੀਟਰ ਚਲਾਉਣ ਦੇ ਬਾਅਦ ਉਹਦੇ ਕੋਲ
ਤਕਰੀਬਨ 250 ਹੋ ਗਈ ਕਿਉਂਕਿ 242 ਕਿਲੋਮੀਟਰ ਇਸ ਟਾਈਮ ਮੇਰੇ ਮੀਟਰ 'ਤੇ ਸ਼ੋਅ ਹੋ ਰਿਹਾ ਜੀ। ਇੱਥੇ ਡਿਲੀਵਰੀ ਬੋਆਇਜ਼ ਦੀ ਲਾਈਨ ਲੱਗੀ ਹੈ, ਲੱਗਦਾ ਇੱਥੇ ਆਰਡਰ ਬਹੁਤ ਜ਼ਿਆਦਾ ਨੇ ਅੱਜ, ਕਿਹੜਾ ਹੈਗਾ ਵੇ ਪਤਾ ਨਹੀਂ, ਹਾਰਡੀਜ਼ ਦੇ ਕੇ ਕੀ ਹੈ ਉਹ ਲੱਗੀ, ਬੜੀ ਲਾਈਨ ਲੱਗੀ ਸੀ। ਮੌਸਮ ਮਾਸ਼ਾਅੱਲਾ ਬੜਾ ਅੱਛਾ ਹੋ ਗਿਆ, ਗਰਮੀ ਦੀ ਸ਼ਿੱਦਤ ਘੱਟ ਗਈ ਹੈ ਔਰ ਹੁਣ ਸਫ਼ਰ ਕਰਨ ਦਾ ਵੀ ਮਜ਼ਾ ਆਉਂਦਾ। ਜੀ ਇਹ ਆ ਗਿਆ ਜੀ ਯੂਨੀਅਨ ਮੈਟਰੋ ਸਟੋਪ। ਯੂਨੀਅਨ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਜਾਵਾਂ ਯੂਨੀਅਨ ਤੋਂ, ਕਿ ਜਿਸ ਟਾਈਮ ਅਸੀਂ ਮੈਟਰੋ 'ਚ ਸਫ਼ਰ ਕਰਦੇ ਹਾਂ ਨਾ, ਅਸੀਂ ਜਾਣਾ ਹੁੰਦਾ ਵੇ ਦੁਬਈ ਮੌਲ, ਅਤੇ ਅਸੀਂ ਇੱਕ ਮੈਟਰੋ ਲੈ ਕੇ ਪਹੁੰਚਦੇ ਹਾਂ ਇੱਥੇ ਯੂਨੀਅਨ ਤੋਂ ਫਿਰ ਦੁਬਾਰਾ ਮੈਟਰੋ ਚੇਂਜ ਹੁੰਦੀ ਹੈ। ਇੱਥੇ ਦੋ ਟਾਈਪ ਦੀ ਮੈਟਰੋਜ਼ ਚੱਲਦੀਆਂ ਨੇ, ਇੱਕ ਹੈਗੀ ਗ੍ਰੀਨ ਲਾਈਨ ਅਤੇ ਇੱਕ ਹੈਗੀ ਰੈੱਡ ਲਾਈਨ। ਜਿਹੜੀ ਸਾਡੇ ਘਰ ਦੇ ਕੇ ਚੱਲਦੀ ਹੈ ਉਹ ਹੈਗੀ ਹੈ ਗ੍ਰੀਨ ਲਾਈਨ, ਦੁਬਈ ਮੌਲ ਜਾਣ ਵਾਲੀ ਜਿਹੜੀ ਹੈਗੀ ਨਾ ਉਹ ਹੈਗੀ ਹੈ ਰੈੱਡ ਲਾਈਨ। ਅਤੇ ਰੈੱਡ ਲਾਈਨ ਸਾਨੂੰ ਫੜਨ ਵਾਸਤੇ ਨਾ ਇਸ ਸਟੋਪ 'ਤੇ ਆਉਣਾ ਪੈਂਦਾ, ਇੱਥੋਂ ਆ ਕੇ ਫਿਰ ਉਹ ਟ੍ਰੇਨ ਚੇਂਜ ਹੋ ਜਾਂਦੀ ਹੈ। ਇੱਕ ਇਸ ਜਗ੍ਹਾ ਤੋਂ ਟ੍ਰੇਨ ਚੇਂਜ ਹੁੰਦੀ ਹੈ ਔਰ ਇੱਕ ਟ੍ਰੇਨ ਚੇਂਜ ਹੁੰਦੀ ਜੇ ਬੁਰਜ ਮਾਨ ਤੋਂ। ਇਹ ਦੋ ਜਗ੍ਹਾ ਹੈਗੀਆਂ ਨੇ ਕਿ ਜਿੱਥੋਂ ਟ੍ਰੇਨ ਜਿਹੜੀ ਨਾ ਚੇਂਜ ਹੋ ਸਕਦੀ ਹੈ ਅਤੇ ਤੁਸੀਂ ਆਪਣੇ ਫਿਰ ਮਤਲੂਬਾ ਇਲਾਕੇ ਲੈ ਜਾ ਸਕਦੇ ਹੋ। ਇਹ ਸਾਹਮਣੇ ਮੇਰੇ ਮੈਟਰੋ ਸਟੇਸ਼ਨ ਹੈਗਾ ਵੈ ਔਰ ਮੈਂ ਜਾ ਰਿਹਾ ਵਾਂ ਮੈਟਰੋ ਸਟੇਸ਼ਨ ਦੇ ਨਾਲ ਵਾਲੀ ਸੜਕ ਤੋਂ, ਯੂਨੀਅਨ ਕਰੋਸ ਕਰਾਂਗਾ। ਯੂਨੀਅਨ ਕਰੋਸ ਕਰਕੇ ਅੱਗੇ ਉਹ ਬਿਲਡਿੰਗ ਉਹ ਮਾਰਕੀਟ ਆਏਗੀ ਜਿੱਥੇ ਮੈਂ ਜਾ ਰਿਹਾ ਵਾਂ। ਅੱਛਾ ਇੱਥੇ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਜਾਵਾਂ, ਇਹ ਜਿਹੜੀਆਂ ਬੱਸਾਂ ਖਲੋਤੀਆਂ ਨੇ ਨਾ, ਇਹ ਗਲੋਬਲ ਵਿਲੇਜ ਤੁਸੀਂ ਜਾਣਾ ਹੋਵੇ ਨਾ, ਅਤੇ ਮੈਂ ਹਜੇ ਤੱਕ ਸਿਰਫ ਗਲੋਬਲ ਵਿਲੇਜ ਦਾ ਸਫ਼ਰ ਕੀਤਾ ਇੱਥੇ, ਅਤੇ ਗਲੋਬਲ ਵਿਲੇਜ ਦੀ ਬੱਸ ਵੀ ਜਿਹੜੀ ਨਾ ਇੱਥੋਂ ਮਿਲਦੀ ਹੈ ਔਰ ਟਰਮੀਨਲ ਨੰਬਰ 1 'ਤੇ ਆਉਂਦੀ ਹੈ। ਇੱਥੇ ਮੁਖਤਲਿਫ ਟਰਮੀਨਲ ਨੇ, ਮੇਰਾ ਖਿਆਲ 4 ਤੱਕ ਹੀ ਗਏ ਨੇ, ਅਤੇ 1 ਨੰਬਰ ਟਰਮੀਨਲ 'ਤੇ ਤੁਹਾਨੂੰ ਬੱਸ ਮਿਲੇਗੀ ਜੀ ਗਲੋਬਲ ਵਿਲੇਜ ਦੀ। ਉਹ ਇੱਥੋਂ ਲੈਂਦੀ ਹੈ 10 ਦਿਰਮ, ਉਹ ਸਿੱਧਾ ਤੁਹਾਨੂੰ ਗਲੋਬਲ ਵਿਲੇਜ ਉਤਾਰ ਦਿੰਦੀ ਹੈ। ਇਹ ਟਰਮੀਨਲ ਨੇ ਬੱਸਾਂ ਦੇ, ਠੀਕ ਹੈ ਜੀ, ਇਹ ਖੜੀਆਂ ਨੇ ਬੱਸਾਂ, ਉਹ ਅੱਗੇ ਵੀ ਟਰਮੀਨਲ ਨੇ ਸਾਰਾ। ਉਹ ਟਰਮੀਨਲ 1 ਜਿਹੜਾ ਨਾ ਉਹ ਤੁਹਾਨੂੰ ਦਿਖਾਉਂਦਾ ਵਾ ਮੈਂ ਕਿੱਥੇ ਹੈਗਾ ਵਾ, ਗਲੋਬਲ ਵਿਲੇਜ ਵਾਲਾ, ਕਿਉਂਕਿ ਜਿੰਨੀ ਇਨਫੋਰਮੇਸ਼ਨ ਸਾਨੂੰ ਹੈਗੀ ਉਹ ਤਾਂ ਦਈਏ ਨਾ। ਇਹ ਦੇਖੋ ਇਹ ਬੱਸਾਂ ਖੜੀਆਂ ਨੇ, ਇਹਦਾ ਬੱਸਾਂ ਦਾ ਆਫਿਸ ਹੈਗਾ ਵੇ, ਮੈਂ ਹਾਂ ਟਿਕਟ ਸ਼ਿਕਟ ਜਾਂ ਇੰਤਜ਼ਾਰ ਗਾ ਹੈਗੀ ਹੈ। ਇਹ ਖੜੀਆਂ ਨੇ ਉਹ ਬੱਸਾਂ, ਇਹਨਾਂ 'ਚੋਂ ਇਹ ਟਰਮੀਨਲ ਦੇ ਨੰਬਰ ਲੱਗੇ ਨੇ 5 ਤੱਕ ਹੀ, 6 ਤੱਕ ਹੀ ਗਏ ਨੇ, ਠੀਕ ਹੈ ਨਾ। ਇਹ 6 ਰੋਜ਼ ਬਣੀਆਂ ਨੇ, ਇਹਨਾਂ 'ਚ ਇੰਝ ਬੱਸਾਂ ਖੜੀਆਂ ਹੋ ਜਾਂਦੀਆਂ ਆ ਕੇ। ਇਹ ਦੇਖੋ ਉਹ 6ਵੇਂ 'ਤੇ ਖੜੀ ਹੈ, ਇਹ 5ਵੇਂ 'ਤੇ ਖੜੀ ਹੈ, ਚੌਥਾ ਵੀ ਖਾਲੀ ਹੈ, ਤੀਸਰਾ ਵੀ ਖਾਲੀ, ਦੂਸਰਾ ਵੀ ਖਾਲੀ ਹੈ, ਅਤੇ ਉਹ ਜਿਹੜਾ 1 ਨੰਬਰ ਹੀ ਗਾਣਾ ਉੱਥੇ ਆਉਂਦੀ ਹੈ ਗਲੋਬਲ ਵਿਲੇਜ ਦੀ ਬੱਸ। ਇੱਥੇ ਹੁਣ ਭਰਵਾ ਜੀ ਇੰਝ ਲੋਕਾਂ ਨੇ ਘੇਰਨਾ ਮੈਨੂੰ, ਲੇਕਿਨ ਇਹ ਤਾਂ ਸਾਨੂੰ ਮਾਰਕੀਟ ਲੱਭੀ ਨਹੀਂ ਜੇ।
ਆਹ ਸਹੀ ਗਿਆ ਜੋ ਜੋ ਨਿਸ਼ਾਨੀਆਂ ਮੈਨੂੰ ਦੱਸੀਆਂ ਗਈਆਂ ਸਾਨੂੰ ਉਹਨਾਂ ਦੇ ਮੁਤਾਬਕ ਤਾਂ ਮੈਂ ਠੀਕ ਹੀ ਹਾਂ ਅਜੇ ਤਾਂ। ਅਤੇ ਗੱਡੀਆਂ ਦੇ ਸਪੇਅਰ ਪਾਰਟਸ ਵੀ ਸਾਰੇ ਜਿਹੜੇ ਗੱਡੀਆਂ ਦੇ ਔਰ ਪਲੱਸ ਪਾਣੀ ਦੀਆਂ ਮੋਟਰਾਂ ਛੋਟਰਾਂ ਦਾ ਇਹ ਸਾਰਾ ਨਿਜ਼ਾਮ ਹੀ ਹੈਗਾ। ਅਸੀਂ ਜਾਣਾ ਇਹ ਆ ਗਿਆ ਜੀ ਸਾਰਾ ਪੁਰਾਣੀਆਂ ਚੀਜ਼ਾਂ ਦਾ ਲੰਡਾ ਬਾਜ਼ਾਰ ਹੁਣ ਮੇਰੇ ਸਾਹਮਣੇ। ਹੁਣ ਤੁਸੀਂ ਵੇਖੀ ਜਾਓ ਇੱਥੇ ਉਹ ਪੁਰਾਣਾ ਫਰਨੀਚਰ ਲੱਦਣ ਡੇ ਨੇ ਉੱਥੇ। ਹੁਣ ਐ ਗਲੀਆਂ 'ਚ ਵੜ ਕੇ ਵਹਾਵਾਂ ਤੁਹਾਨੂੰ ਸਾਰਾ ਪੁਰਾਣਾ ਫਰਨੀਚਰ ਪਿਆ ਜੀ। ਅਜੀਬ ਗੱਲ ਹੋਮ ਅਪਲਾਇੰਸਿਸ ਸਾਰੀਆਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ। ਆਹ ਕੋ ਸਾਰੀਆਂ ਦੁਕਾਨਾਂ ਜਿਹੜੀਆਂ ਕਲੀਨ ਪੇਜ ਲੇਕਿਨ ਯੂਜ਼ਡ ਨਹੀਂ ਗੇ ਨਵੇਂ ਨੇ ਇਹ ਚੀਜ਼ਾਂ ਸਾਰੀਆਂ ਯੂਜ਼ਡ ਹੀ ਗਈਆਂ। ਕੈਮਰਾ ਵਧੀਆ ਮਿਹਰਬਾਨੀ ਭਰਾਵਾ ਭਾਈ ਨੂੰ ਕੈਮਰਾ ਵਧੀਆ ਲੱਗਾ ਜੀ। ਅੱਛਾ ਜੀ ਇੱਥੋਂ ਨਿਕਲੋ ਅੱਗੇ ਅੱਗੇ ਨਿਕਲ ਗਏ ਤਾਂ ਮਜ਼ੀਦ ਬਾਹਰ ਆ ਵੇਖੋ ਮਸ਼ੀਨਾਂ ਵਾਲੀ ਦੁਕਾਨ ਹੈਗੀ ਜੀ ਮਸ਼ੀਨਾਂ ਔਰ ਫਰਿੱਜਾਂ ਜਿਹੜੀਆਂ ਨਾ ਇੱਥੋਂ ਮਿਲਣਗੀਆਂ। ਯਾਰ ਉਹ ਮਾਰਕੀਟ ਕਿੱਧਰ ਹੈ ਪੂਰੀ ਇਹ ਇਲੈਕਟ੍ਰੋਨਿਕਸ ਦੀ ਪਿਛਲੀ ਸਾਈਡ 'ਤੇ ਬੰਦੇ ਕੋਲ ਮਿਲਣਾ ਹੁਣ ਇਹਨਾਂ ਮੈਂ ਕੁਛ ਕਹਿਤਾ ਨਾ ਕਿਆ ਲੈਣਾ ਇਹਨੇ ਮੇਰਾ ਪਿੱਛਾ ਫੜ ਲੈਣਾ ਅਤੇ ਜਿੰਨਾ ਜੇਕਰ ਇਹਨੇ ਮੈਨੂੰ ਕੋਈ ਚੀਜ਼ ਦੁਆ ਨਹੀਂ ਨਾ ਦੇਣੀ ਇਹਨੇ ਮੈਨੂੰ ਛੱਡਣਾ ਨਹੀਂ ਸੀ ਇਸ ਲਈ ਮੈਨੂੰ ਕਹਿਤਾ ਜੀ ਕਿ ਬੰਦੇ ਨੂੰ ਮਿਲਣਾ। ਵੇਖੋ ਜੀ ਇੱਥੇ ਸਾਰਾ ਨਿਜ਼ਾਮ ਜਿਹੜਾ ਨਾ ਯੂਜ਼ਡ ਚੀਜ਼ਾਂ ਦਾ ਉੱਥੇ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਵੀ ਹੈਗੀਆਂ ਨੇ ਫਰਨੀਚਰ ਵੀ ਹੈਗਾ ਵੇ ਗੱਦੇ ਬੈੱਡ ਸੋਫੇ ਤਕਰੀਬਨ ਘਰੇਲੂ ਸਮਾਨ ਜਿੰਨਾ ਵੀ ਹੈ ਨਾ ਉਹ ਸਾਰਾ ਤੁਹਾਨੂੰ ਉੱਥੋਂ ਮਿਲੇਗਾ। ਇਹ ਵੇਖੋ ਜੀ ਮਸ਼ੀਨਾਂ ਠੀਕ ਕਰਦੇ ਪਏ ਆ ਇੱਥੋਂ ਮਸ਼ੀਨਾਂ ਮਿਲ ਰਹੀਆਂ ਮਸ਼ੀਨਾਂ ਦੀਆਂ ਦੁਕਾਨਾਂ ਨੇ ਹਾਈ ਅੰਦਰ ਮੈਂ ਮਾਰਕੀਟ ਦੀਆਂ ਸਹੀ ਵੜ ਨਹੀਂ ਪਾ ਰਿਹਾ ਕੋਈ ਰਾਹ ਨਹੀਂ ਲੱਭਣ ਡਿਆ ਬੜੀ ਅੰਦਰੂਨ ਸੁਣਿਆ ਮਾਰਕੀਟ ਹੀ ਹੈ ਬੜੀ ਗੁੰਜਾਨ ਪਾ ਦੀ ਇਹ ਸਾਰੀ ਮਾਰਕੀਟ ਜਿਹੜੀ ਨਾ ਹੁਣ ਉਹੀ ਜੇ ਇਹ ਕੁਰਸੀਆਂ ਛੁਰਸੀਆਂ ਇਲੈਕਟ੍ਰੋਨਿਕਸ ਅੰਦਰ ਸਾਰਾ ਵੇਖ ਲਓ ਆਵਾਜ਼ਾਂ ਵੂਜ਼ਾਂ ਲੱਗਣੀ ਹੈ ਅਤੇ ਇਹ ਜਨਾਬ ਜੀ ਸਾਰੀ ਮਾਰਕੀਟ ਜਿਹੜੀ ਨਾ ਯੂਜ਼ਡ ਚੀਜ਼ਾਂ ਦੀ ਗਈ ਜੋ ਵੇਖੋ ਸਾਹਮਣੇ ਰਸਤਾ ਕੋਈ ਨਹੀਂ 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 ਕੁਛ ਵੀ ਨਹੀਂ ਲੈਣਾ ਵੈਸੇ ਚਾਹੇ ਘੁੰਮ ਰਿਹਾ ਗੱਡੀਆਂ ਲੱਗੀਆਂ ਲੈਣ 'ਚ ਸਾਰਾ ਸਮਾਨ ਲੋਡ ਕਰਨ ਵਾਲੀਆਂ ਔਰ ਮਾਰਕੀਟਾਂ ਇਹ ਫਰਿੱਜਾਂ ਦੀ ਮਾਰਕੀਟ ਜੇ ਮਾਰਕੀਟ ਦੀ ਦੁਕਾਨ ਹੈਗੀ ਹੈ ਅੱਗੇ ਵੀ ਸਾਰੀਆਂ ਫਰਿੱਜਾਂ ਔਰ ਮਸ਼ੀਨਾਂ ਪਈਆਂ ਨੇ ਇਹ ਵੇਖੋ
ਆਏ ਸੀ ਭੈਣ ਸਾਰੇ ਲੈਪਟੋਪ ਤੇ ਹੈਲੋ ਆਈ ਐਮ ਫਾਈਨ ਇਹ ਸਾਰੀ ਮਾਰਕੀਟ ਜਿਹੜੀ ਨਾ ਹੁਣ ਇਹੀ ਕੰਮ ਹੈਗਾ ਜੀ ਠੀਕ ਹੈ ਸਾਰੀਆਂ ਯੂਜ ਚੀਜ਼ਾਂ ਇੱਥੋਂ ਮਿਲਦੀਆਂ ਨੇ ਔਰ ਇੱਕ ਕਾਰਗੋ ਤੋਂ ਵੀ ਮੈਂ ਪਤਾ ਕਰ ਰਿਹਾ ਵਾਂ ਕਿ ਪਾਕਿਸਤਾਨ ਜੇ ਤੁਸੀਂ ਸਮਾਨ ਪੇਮੈਂਟ ਪਾਕਿਸਤਾਨ ਦਾ ਪਤਾ ਕੀਤਾ ਜੀ ਅਤੇ ਬਾਕੀ ਮੁਲਕਾਂ ਦਾ ਨਹੀਂ ਕੀਤਾ ਕਿਉਂਕਿ ਸਾਡਾ ਪਾਕਿਸਤਾਨ ਦਾ ਤਲਕ ਹੈ ਪਾਕਿਸਤਾਨ ਨਾਲ ਅਤੇ ਇਸ ਲਈ ਮੈਂ ਪਾਕਿਸਤਾਨ ਦਾ ਹੀ ਪੁੱਛਣਾ ਸੀ ਅਤੇ ਪਾਕਿਸਤਾਨ 6.5 ਦਿਰਮ ਪਰ ਕੇਜੀ ਦੇ ਹਿਸਾਬ ਨਾਲ ਸਮਾਨ ਜਿਹੜਾ ਨਾ ਇਹ ਡਿਸਪੈਚ ਕਰਦੇ ਆ ਔਰ ਜਿੱਥੇ ਮਰਜ਼ੀ ਪਾਕਿਸਤਾਨ 'ਚ ਜਿਸ ਮਰਜ਼ੀ ਕੋਨੇ 'ਚ ਲੈ ਲਓ ਔਰ ਮਿਨੀਮਮ ਜਿਹੜਾ ਨਾ ਮਿਨੀਮਮ 30 ਕੇਜੀ ਜਿਹੜਾ ਨਾ ਉਹ ਸਮਾਨ ਤੁਹਾਡਾ ਜਾ ਸਕਦਾ 30 ਤੋਂ ਘੱਟ ਨਹੀਂ ਤੁਸੀਂ ਭੇਜ ਸਕਦੇ ਯਾਨੀ ਕਿ 30 ਤੋਂ ਘੱਟ ਵੀ ਤੁਸੀਂ ਭੇਜਦੇ ਹੋ ਨਾ ਅਤੇ ਬਿਲਟੀ ਉਹਦੀ ਤੁਹਾਨੂੰ ਪੈਣੀ ਹੈ ਘੱਟੋ ਘੱਟ 30 ਕੇਜੀ ਦੀ ਹੀ ਨਹੀਂ 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 ਮੈਂ ਤਾਂ ਵੈਸੇ ਹੀ ਘੁੰਮਣ ਡਿਆ ਯਾਰ ਜੀ ਇਹ ਗਲੀਆਂ ਗੁਲੀਆਂ ਸਾਰੀਆਂ ਵੇਖੋ ਜੀ ਕਿੱਥਾ ਟੁਰ ਪਵੇ ਇੱਥੇ ਹੀ ਇਹ ਫਰਨੀਚਰ ਦੀ ਮਾਰਕੀਟ 'ਚ ਅਤੇ ਸਾਰੀਆਂ ਮਿਕਸ ਨੇ ਯਾਨੀ ਕਿ ਕੋਈ ਇੱਕ ਜਗ੍ਹਾ 'ਤੇ ਨਹੀਂ ਹੈਗਾ ਕਿ ਇੱਕ ਤਰਫ ਟੀ ਵੀ ਨੇ ਤਾਂ ਟੀ ਵੀ ਹੀ ਨੇ ਸਾਰਾ ਮਿਕਸ ਹੀ ਗਾ ਵੇ ਹਰ ਕਿਸੇ ਨੇ ਨਾ ਇੱਕ ਦੁਕਾਨ ਫਰਿੱਜਾਂ ਦੀ ਨਾਲ ਦੀ ਫਰਨੀਚਰ ਦੀ ਹੈ ਅਤੇ ਇੰਝ ਹੀ ਕਰਕੇ ਹੈਗਾ ਲੇਕਿਨ ਇਹ ਸਾਰੀ ਮਾਰਕੀਟ ਜਿਹੜੀ ਨਾ ਇਹ ਇਲੈਕਟ੍ਰੋਨਿਕਸ ਦੀ ਉਹ ਸੋਰੀ ਇਲੈਕਟ੍ਰੋਨਿਕਸ ਕਹਿ ਰਿਹਾ ਵਾਂ ਹੋਮ ਅਪਲਾਈਸਿਸ ਦੀ ਹੈਗੀ ਜੇ ਕਿਉਂਕਿ ਤੁਸੀਂ ਯੂਜ ਇੱਥੋਂ ਸਮਾਨ ਲੈ ਸਕਦੇ ਹੋ ਆਪਣੇ ਘਰ ਵਾਸਤੇ ਔਰ ਸਮਾਨ ਵੀ ਬੜਾ ਅੱਛਾ ਹੁੰਦਾ ਕਿਉਂਕਿ ਬਹੁਤ ਘੱਟ ਯੂਜ ਹੋ ਜਾਂਦਾ ਵੇਖੋ ਉਹਦੀ ਕੰਡੀਸ਼ਨ ਚੈੱਕ ਕਰੋ ਸਾਰੀ ਉਹ ਭਾਈ ਨੇ ਡਰੈਗਨ ਫੜਿਆ ਇਹ ਬਾਰਬੀਕਿਊ ਦਾ ਉਹ ਪਿਆ ਹੈ ਜੀ ਸਮਾਨ ਸਾਰਾ ਇਹ ਕਲੀਨ ਪੇ ਨੇ ਯੂਜ਼ਡ ਰਸ਼ ਬਹੁਤ ਜ਼ਿਆਦਾ ਹੈਗਾ ਬਹਰਹਾਲ ਮਾਰਕੀਟ ਮੈਂ ਤੁਹਾਨੂੰ ਵਿਖਾਤੀ ਔਰ ਜਗ੍ਹਾ ਵੀ ਸਮਝਾਤੀ ਹੈ ਮਜ਼ੀਦ ਕਿਸੇ ਨੂੰ ਨਾ ਸਮਝ ਆਵੇ ਤਾਂ ਮੈਨੂੰ ਕਮੈਂਟਸ ਕਰ ਸਕਦੇ ਨੇ ਮੈਂ ਤੁਹਾਨੂੰ ਜਗ੍ਹਾ ਜਿਹੜੀ ਨਾ ਪ੍ਰੋਪਰ ਲੋਕੇਸ਼ਨ ਦੇ ਨਾਲ ਸੈਂਡ ਕਰ ਦਿਆਂਗਾ ਬਲਕਿ ਅਸੀਂ ਲੋਕੇਸ਼ਨ ਪਾ ਹੀ ਦਿਆਂਗਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਤੁਸੀਂ ਇੱਥੋਂ ਆ ਕੇ ਜੀ ਆਪਣੇ ਘਰ ਵਾਸਤੇ ਉਹ ਸਸਤੀਆਂ ਸ਼ਾਵਾਂ ਖਰੀਦ ਸਕਦੇ ਹੋ ਜੀ ਇਹ ਸਾਰੀ ਮਾਰਕੀਟ ਹੁਣ ਭਾਜੀ ਆ ਵੇਖ ਲਓ ਨਿਜ਼ਾਮ ਸਾਰਾ ਤੁਹਾਨੂੰ ਦਿਖਾ ਦਿੱਤਾ ਵੇ ਪੂਰੀ ਅੰਦਰ ਮਾਰਕੀਟ ਹੀ ਭਰੀ ਪਈ ਜੇ ਆ ਵੇਖੋ ਜੀ ਮੈਂ ਨਜ਼ਰ ਅੰਦਰ ਭਜਵਾਉਣਾ ਆ ਵੇਖੋ ਪੂਰੀਆਂ ਫਰਿੱਜਾਂ ਅਤੇ ਬੈੱਡ ਸ਼ੈੱਡ ਜੇ ਵੋ ਵਾਸ਼ਿੰਗ ਮਸ਼ੀਨਾਂ ਇਹ ਡੰਡਾ ਬਾਜ਼ਾਰ ਹੀਗਾ ਜੀ ਇੱਕ ਕਿਸਮ ਦਾ ਨਾ ਪੁਰਾਣੀਆਂ ਚੀਜ਼ਾਂ ਦਾ ਕੁਛ ਨਹੀਂ ਲੈਣਾ ਲਾਲਾ ਮੈਂ ਤਾਂ ਵੀ ਘੁੰਮਣ ਡਿਆ ਜੀ ਹਾਂ ਗਲੀ ਤੰਗ ਹੈਗੀ ਇੱਧਰੋਂ ਨਹੀਂ ਜਾਂਦੇ ਇਹ ਏਸੀਆਂ ਦੀ ਦੁਕਾਨ ਹੈਗੀ ਹੈ ਇਹ ਵੀ ਏਸੀ ਵੇਚਣ ਡੇ ਆ ਇਹ ਵੀ ਏਸੀ ਵੇਚਣ ਡੇ ਆ ਇਹ ਵੀ ਏਅਰ ਕੰਡੀਸ਼ਨ ਵਾਲੀ ਦੁਕਾਨ ਹੈ ਗੱਦੇ ਵੇਚਦੇ ਪਏ ਆ ਇਹ ਫਰਿੱਜਾਂ ਵੇਚਦੇ ਪਏ ਆ ਇਹ ਹੋਟਲ ਹੈ ਜੀ ਪਾਕਿਸਤਾਨੀ ਹੋਟਲ ਲੱਗ ਰਿਹਾ ਅਤੇ ਇਹ ਪਰੇ ਬਾਹਰ ਸਾਰਾ ਨਿਜ਼ਾਮ ਇਹੀ ਹੈਗਾ ਜੀ ਅਲ ਖਤੀਬ ਆਟੋ ਪਾਰਟਸ ਇਹ ਆਟੋ ਪਾਰਟਸ ਦੀਆਂ ਦੁਕਾਨਾਂ ਸ਼ੁਰੂ ਹੋ ਗਈਆਂ ਨੇ ਇੱਥੋਂ ਬਾਹਰ ਮਹਿਲ
ਕੰਮ ਹੈ ਨਾ ਜਿਹੜਾ ਉਹ ਦੂਸਰਾ ਸ਼ੁਰੂ ਹੋ ਜਾਵੇਗਾ। ਕਬੂਤਰ ਚੈੱਕ ਕਰੋ ਜੀ ਕੈਸੇ ਮਾਸ਼ਾਅੱਲਾ ਖਾਣੇ 'ਚ ਆਪਣੇ ਮਸ਼ਗੂਲ ਨੇ, ਕਿਆ ਬਾਤ ਹੈ। ਇਹੋ ਹੀ ਸੜਕ ਉੱਤੇ ਤਾਂ ਇਹੋ ਹੀ ਟ੍ਰੈਫਿਕ ਫਸੀ ਹੁੰਦੀ ਹੈ ਕਿ ਯਕੀਨ ਮੰਨੋ ਬੰਦਾ ਰੱਬ ਦਾ ਨਾਂ ਲੈਂਦਾ ਨਹੀਂ ਥੱਕਦਾ। ਫਿਰ ਖਜ਼ਾਲਾ ਕਿਸੇ ਤਰੀਕੇ ਨਾਲ ਇੱਕ ਦਫ਼ਾ ਤੋਂ ਕਢਾ ਦੇ, ਦੁਬਾਰਾ ਨਹੀਂ ਮੈਂ ਆਵਾਂਗਾ। ਹੋਏ 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 ਐਂਬੂਲੈਂਸ ਚੈੱਕ ਕਰੋ, ਐਂਬੂਲੈਂਸ ਚੈੱਕ ਕਰੋ ਜੀ, ਕਿਆ ਬਾਤ ਹੈ। ਅੱਛਾ ਇਹ ਮੋਟਰਸਾਈਕਲ ਸਾਡੇ ਉੱਥੇ ਡੋਲਫਨ ਕੋਲ ਹੁੰਦੀਆਂ ਨੇ, ਇੱਥੇ ਐਂਬੂਲੈਂਸ ਕੋਲ ਹੈਗੀਆਂ ਨੇ। ਭਾਈ ਜਾਨ ਤੁਸੀਂ ਹੋ ਕਿੱਥੇ ਪਹਿਲੇ ਆ ਤਾਂ ਵੇਖੋ। ਆਏ ਸਾਂ ਘਰੋਂ ਉਹਦੀ ਕੀ ਨਾਂ ਲੈਂਦੇ ਨੇ ਇਲੈਕਟ੍ਰੋਨਿਕ ਦੀ ਮਾਰਕੀਟ ਦੇ ਵਿੱਚ, ਅਤੇ ਹੁਣ ਆਪ ਨਹੀਂ ਪਤਾ ਲੱਗਣ ਡਿਆ ਕਿੱਥੇ ਹੈ। ਜੇ ਤਾਂ ਰੋਡ ਯੂਨੀਅਨ ਵਾਲੇ ਜਾ ਰਹੀ ਹੋਈ ਤਾਂ ਫਿਰ ਮੈਂ ਸਹੀ ਜਾ ਰਿਹਾ ਵਾਂ, ਅਤੇ ਜੇ ਯੂਨੀਅਨ ਵਾਲੇ ਨਾ ਜਾਂਦੀ ਹੋਈ ਤਾਂ ਫਿਰ ਨੈਵੀਗੇਸ਼ਨ ਔਨ ਕਰਾਂਗੇ। ਉਹ ਜੀ ਇਹਦੇ ਨਾਲ ਹੀ ਵੀਡੀਓ ਆਪਾਂ ਇੱਥੇ ਖਤਮ ਕਰਨੇ ਹਾਂ, ਠੀਕ ਹੈ ਜੀ। ਪਸੰਦ ਆਵੇ ਤਾਂ ਸ਼ੇਅਰ, ਲਾਈਕ ਅਤੇ ਘੰਟੇ ਦਾ ਬਟਨ ਦਬਾ ਦਿਆ ਜੇ, ਅਤੇ ਇਨਸ਼ਾਅੱਲਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ 'ਚ ਨਵੇਂ ਵਲੌਗ ਦੇ ਨਾਲ। ਤੋਂ ਤੱਕ ਆਪਣਾ ਖਿਆਲ ਰੱਖਿਆ ਜੇ, ਔਰ ਮੈਨੂੰ ਦੁਆਵਾਂ 'ਚ ਯਾਦ ਰੱਖਿਆ ਜੀ। ਅੱਲਾ ਹਾਫਿਜ਼।